ਰੋਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ ਬਹੁਤ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਾਂ सुरेंद्र ਡੱਲਾ ਔਰ ਬਹੁਤ ਹੀ ਖਾਸ ਪ੍ਰੋਗਰਾਮ ਕਰਾਂਗੇ ਮੈਂ ਟੈਕ ਦੇ ਰਿਜ਼ਲਟ ਕਿੰਨਾ ਵਿਦਿਆਰਥੀਆਂ ਦੇ ਲੇਟ ਹੋਣਗੇ ਇਹ ਸਵਾਲ ਆਪਣੇ ਆਪ ਦੇ ਵਿੱਚ ਬਹੁਤ ਵੱਟਾ ਹੈ ਔਰ ਕਿਹੜੇ ਵਿਦਿਆਰਥੀ ਨੇ ਜਿਨ੍ਹਾਂ ਨੂੰ ਡੈਫਰ ਕਰਨਾ ਪੈ ਸਕਦਾ ਹੈ ਇਹ ਵਿਸ਼ਾ ਰਹੂਗਾ ਔਰ ਬਹੁਤ ਖਾਸ ਮਹਿਮਾਨ ਇਸ ਮੰਚ ਤੇ ਸਾਡੇ ਨਾਲ ਜੁੜਦੇ ਨੇ ਇਸ ਕਰਕੇ ਬੜਾ ਜ਼ਰੂਰੀ ਹੈ ਕਿ ਬਿਲਕੁਲ ਲੇਟੈਸਟ ਅਪਡੇਟਸ ਦੇ ਲਈ ਤੁਸੀਂ ਇਸ ਚੈਨਲ ਦੇ ਨਾਲ ਜੁੜੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਕਿਉਂਕਿ ਪੰਜਾਬ ਦੇ ਮੰਨੇ ਪਰਮੰਨੇ ਐਕਸਪਰਟਸ ਨੇ ਜਿਹੜੇ ਲਾਇਸੈਂਸ ਮੇਂ ਮਨਜ਼ੂਰ ਛੁਦਾ ਨੇ ਪੰਜਾਬ ਸਰਕਾਰ ਤੋਂ ਉਹ ਸਾਰੇ ਸਮੇਂ-ਸਮੇਂ ਤੇ ਇਸ ਸ਼ੋਅ ਦੇ ਵਿੱਚ ਆਉਂਦੇ ਨੇ ਔਰ ਅੱਜ ਸਾਡੇ ਨਾਲ ਮੌਜੂਦ ਨੇ ਬ੍ਰਾਡਵੇ ਇਮੀਗ੍ਰੇਸ਼ਨ ਦੇ ਚੀਫ ਅਮਰਜੀਤ ਸਿੰਘ ਕਮਰ ਸਾਹਿਬ ਕਮਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਥੈਂਕ ਯੂ ਟੈਲਜੀ ਪ੍ਰੋਗਰਾਮ ਦੇਖ ਰਹੇ ਸਾਰੇ ਦੋਸਤਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਕਮਰ ਸਾਹਿਬ ਵਿਸ਼ਾ ਅੱਜ ਬਹੁਤ ਵੱਟਾ ਹੈ ਮੈਂ ਟੈਕ ਵਿਦਿਆਰਥੀਆਂ ਦੇ ਦਿਲਾਂ ਦੀ ਧੜਕਣ ਵਧਾ ਰਿਹਾ ਕਿ ਕੀ ਬਣੂਗਾ ਹੁਣ ਤੁਸੀਂ ਕਹਿ ਰਹੇ ਹੋ ਕਿ ਕੁਝ ਰਿਜ਼ਲਟ ਲੇਟ ਹੋਣਗੇ ਉਹ ਰਿਜ਼ਲਟ ਲੇਟ ਹੋਣਗੇ ਕਿਨਾਂ ਦੇ ਤਾਂ ਕਿ ਵਿਦਿਆਰਥੀ ਸਮਝ ਸਕਣ ਕਿ ਲੇਟ ਹੋਣ ਦਾ ਰੀਜ਼ਨ ਕੀ ਹੈ ਔਰ ਡੈਫਰ ਕਿਨਾਂ-ਕਿਨਾਂ ਨੂੰ ਕਰਨਾ ਪੈ ਸਕਦਾ ਹੈ ਕੀ ਡੈਫਰ ਕਰਨ ਦੇ ਵਿੱਚ ਕੋਈ ਜੋਖਮ ਤਾਂ ਨਹੀਂ ਦੇਖੋ ਪ੍ਰੈਜ਼ੈਂਟਲੀ ਡੱਲਾ ਜੀ ਜੇਕਰ ਆਪਾਂ ਚਾਹਤ ਮਾਰੀਏ ਤਾਂ ਪਿਛਲੇ ਕਾਫੀ ਸਮੇਂ ਤੋਂ ਜਿਹੜੇ ਮਈ ਦੇ ਰਿਜ਼ਲਟ ਆ ਉਹ ਆਪਾਂ ਨੂੰ ਰਿਸੀਵ ਹੋ ਰਿਹਾ ਮਈ ਦਾ ਰਿਜ਼ਲਟ ਖਾਸ ਕਰ ਉਹਨਾਂ ਬੱਚਿਆਂ ਦਾ ਜਨੂਅਰੀ ਐਂਡ ਤੋਂ ਆਉਣਾ ਸ਼ੁਰੂ ਹੋ ਗਿਆ ਸੀ ਜਿਹੜੇ ਬੱਚਿਆਂ ਨੇ ਆਪਣੀਆਂ ਫਾਈਲਾਂ ਨਵੰਬਰ ਮੰਥ ਚ ਕੰਪਲੀਟ ਕਰਤੀਆਂ ਸੀ ਸੋ ਨਵੰਬਰ ਦੇ ਰਿਜ਼ਲਟ ਜਨੂਅਰੀ ਐਂਡ ਚ ਆਉਣੇ ਸ਼ੁਰੂ ਹੋਏ ਸੀ ਕਿਉਂਕਿ ਨਵੰਬਰ ਚ ਫਾਈਲ ਬਹੁਤ ਜ਼ਿਆਦਾ ਲੱਗੀ ਜਨੂਅਰੀ ਇਨਟੇਕ ਦੀ ਵੀ ਕਈਆਂ ਨੇ ਲਾਈ ਕਈਆਂ ਨੇ ਸਤੰਬਰ ਦੀ ਔਰ ਮਈ ਦੀ ਤਾਂ ਬਹੁਤ ਲੱਗੀ ਇਸ ਕਰਕੇ ਉਹਦੇ ਰਿਜ਼ਲਟ ਤਕਰੀਬਨ ਫ फेब्रुवारी ਤੱਕ ਆਉਂਦੇ ਰਹੇ ਮਾਰਚ 10 ਤਰੀਕ ਤੱਕ ਆਉਂਦੇ ਰਹੇ ਹੁਣ ਪਿਛਲੇ ਕੁਝ ਦਿਨਾਂ ਤੋਂ ਆਪਾਂ ਟ੍ਰੈਂਡ ਵੱਲ ਝਾਤ ਮਾਰਦੇ ਆ ਤਾਂ ਹੁਣ ਆਪਾਂ ਨੂੰ ਦਸੰਬਰ ਦੇ ਔਰ ਵਿਚ ਵਿਚ ਰਿਜ਼ਲਟ ਜਿਹੜੇ ਅਸੀਂ ਜਨਵਰੀ ਦੇ ਰਿਸੀਵ ਕਰ ਰਹੇ ਆ ਬਟ ਹਜੇ ਵੀ ਜਿਸ ਹਿਸਾਬ ਨਾਲ ਰਿਜ਼ਲਟ ਸਪੀਡ ਬਹੁਤ ਅੱਛੀ ਹੈ ਕਿਉਂਕਿ ਰਿਜ਼ਲਟ ਫਾਈਲਾਂ ਜਿਆਦਾ ਲੱਗੀਆਂ ਨੇ ਸੋ ਡੈਫੀਨੇਟਲੀ ਵਾਰੀ ਆਉਣ 'ਚ ਹਰ ਇੱਕ ਦਾ ਟਾਈਮ ਲੱਗਣਾ ਹੈ ਅਪਰੋਕਸੀਮੇਟਲੀ ਜਿਹੜੀਆਂ ਫਾਈਲਾਂ ਕੰਪਲੀਟ ਹੋ ਗਈਆਂ ਸੀਗੀਆਂ 31 ਮਾਰਚ ਤੱਕ ਜਾਂ ਆਪਾਂ ਸੌਰੀ ਕਹਿ ਲਈਏ 31 ਜਨਵਰੀ ਤੱਕ ਜਿਹੜੀਆਂ ਜਨਵਰੀ 'ਚ ਲੱਗ ਗਈਆਂ ਉਹ ਬੱਚੇ ਆਲਮੋਸਟ ਆਲਮੋਸਟ 100% ਆਪਣਾ ਰਿਜ਼ਲਟ ਮਈ ਦਾ ਔਨ ਟਾਈਮ ਰਿਸੀਵ ਕਰ ਜਾਣਗੇ ਸਟੈਂਪਿੰਗ ਵੀ ਕਰਾ ਲੈਣਗੇ ਸਾਰਾ ਕੁਝ ਹੋ ਜਾਊਗਾ ਔਰ ਲੇਕਿਨ ਜਿਹੜੇ ਉਸ ਤੋਂ ਬਾਅਦ ਆਲੇ ਆ 15 ਫਰਵਰੀ ਤੱਕ ਅਗਰ ਆਪਾਂ ਦੇਖਾਂਗੇ ਤੇ ਉਹਨਾਂ ਚੋਂ ਵੀ ਜਿਹੜੇ ਬੱਚੇ ਰਿਜ਼ਲਟ ਰਿਸੀਵ ਕਰਨਗੇ ਮਈ ਚ ਬਟੋ ਆਪਣੇ ਕੋਰਸ ਦੀਆਂ ਡਾਟਾ ਦੇ ਸ਼ਾਇਦ ਲਾਗੇ ਛਾਗੇ ਜਾ ਕੇ ਰੀਸੀਵ ਕਰਨਗੇ ਜਾਂ ਹੋ ਸਕਦਾ ਹਫਤਾ ਦੋ ਹਫਤਾ ਉੱਪਰ ਵੀ ਹੋ ਜੇ ਕਿ ਔਰ ਆਪਾਂ ਸਾਰੇ ਜਾਣਦੇ ਆ ਕਿ ਕੈਨੇਡਾ ਦੇ ਜਿਹੜੇ ਕਾਲਜਿਸ ਆ ਉਹ ਬੱਚਿਆਂ ਨੂੰ ਇੱਕ ਗ੍ਰੇਸ ਟਾਈਮ ਦਿੰਦੇ ਹੀ ਦਿੰਦੇ ਆ ਅੱਜ ਕੱਲ ਮਹੀਨੇ ਇੱਕ ਦਾ ਗ੍ਰੇਸ ਟਾਈਮ ਦਿੰਦੇ ਆ ਸੋ ਮੋਸਟਲੀ ਉਹ ਬੱਚੇ ਗ੍ਰੇਸ ਟਾਈਮ 'ਚ ਰੀਸੀਵ ਕਰਨਗੇ ਪਰ ਜਿਹੜੇ ਬੱਚਿਆਂ ਨੇ ਫਾਈਲਾਂ ਫ फेब्रुवारी ਐਂਡ ਚ ਲਾਈਆਂ ਨੇ ਜਾਂ ਮਾਰਚ ਚ ਲੱਗ ਰਹੀਆਂ ਨੇ ਉਹ ਹਜੇ ਮੇ ਦੇ ਵਿੱਚ ਆਪਣਾ ਰਿਜ਼ਲਟ ਐਕਸਪੈਕਟ ਨਹੀਂ ਕਰ ਸਕਦੇ ਉਹਨਾਂ ਦਾ ਰਿਜ਼ਲਟ ਮੇ ਦਾ ਨਹੀਂ ਆਉਣਾ ਐਡਵਾਈਸ ਵੀ ਹੈ ਕਿ ਮੇ ਇਨਟੇਕ ਦੀ ਫਾਈਲ ਤੇ ਚਲੋ ਹੁਣ ਕੋਈ ਵੀ ਸਮਝਦਾਰ ਬੱਚਾ ਹੋਊਗਾ ਨਹੀਂ ਲਾਉਂਦਾ ਹੋਊਗਾ ਪਰ ਜੇ ਕੋਈ ਲਗਾ ਵੀ ਰਿਹਾ ਤਾਂ ਉਹ ਗਲਤੀ ਨਾ ਕਰੇ ਸੈਪਟੈਂਬਰ ਦੀ ਫਾਈਲ ਲਈ ਜਾਵੇ ਸੈਪਟੈਂਬਰ ਹੀ ਹੁਣ ਰਾਈਟ ਇਨ ਟੇਕ ਆ ਜਿਹਦੀ ਫਾਈਲ ਲਾਉਣੀ ਚਾਹੀਦੀ ਹੈ ਔਰ ਉਹਦੇ ਵਿੱਚ ਵੀ ਇੱਕ ਖਾਸ ਧਿਆਨ ਰੱਖਣਾ ਕਿਉਂਕਿ ਉਹਦੇ ਚ ਵੀ ਜਿਹੜੀਆਂ ਫਾਈਲਾਂ ਲੱਗਣੀਆਂ ਨੇ ਉਹਦੇ ਚ ਵੀ ਕਈ ਵਾਰ ਕਈ ਕੁਝ ਫਾਈਲਾਂ ਹੁੰਦੀਆਂ ਨੇ ਜਿਹੜੀਆਂ ਇਨਕੁਆਰੀਸ 'ਤੇ ਚੱਲੇ ਜਾਂਦੀਆਂ ਬਹੁਤ ਲੇਟ ਰਿਜ਼ਲਟ ਆਉਂਦਾ ਪ੍ਰੈਜ਼ੈਂਟਲੀ ਕਈ ਇਦਾਂ ਦੇ ਬੱਚੇ ਵੀ ਨੇ ਵਿੱਚ ਵਿੱਚ ਜਿਹੜੇ ਆਪਾਂ ਨੂੰ ਲਾਈਵ 'ਚ ਮਿਲਦੇ ਆ ਜਿਨ੍ਹਾਂ ਦੇ ਸੈਪਟੈਂਬਰ ਦੀ ਫਾਈਲ ਲੱਗੀ ਸੀ ਅਕਤੂਬਰ ਦੀ ਲੱਗੀ ਸੀ ਨਵੰਬਰ ਦੀ ਲੱਗੀ ਸੀ ਬਟ ਉਹਦਾ ਰਿਜ਼ਲਟ ਨਹੀਂ ਆਇਆ ਸੋ ਇਹ ਸਿਚੁਏਸ਼ਨ ਵੀ ਕਈ ਵਾਰ ਕ੍ਰੀਏਟ ਹੁੰਦੀ ਹੈ ਸੋ ਇੱਕ ਚੀਜ਼ ਦਾ ਖਾਸ ਧਿਆਨ ਨਾਲ ਰੱਖਣਾ ਕਿ ਸੈਪਟੈਂਬਰ ਜੇ ਤੁਸੀਂ ਜਿਹੜਾ ਵੀ ਕੋਰਸ ਲਮੋ ਉਹ ਕੋਰਸ ਦੀ ਡੈਫਰਮੈਂਟ ਵੀ ਜਨਵਰੀ ਚ ਅਵੇਲੇਬਲ ਹੋਵੇ ਆ ਸਿਚੁਏਸ਼ਨ ਨਾ ਹੋਵੇ ਕਿ ਉਹਦੀ ਫੇਰ ਡੈਫਰਮੈਂਟ ਅਗਲੇ ਸਾਲ ਸਤੰਬਰ ਚ ਮਿਲੇ ਇਹ ਗਲਤੀ ਬਹੁਤ ਬੱਚੇ ਕਰ ਲੈਂਦੇ ਆ ਔਰ ਬਾਅਦ ਚ ਫਿਰ ਉਹ ਰੈਗੂਲਰ ਕੁਐਸਚਨ ਸਾਡੇ ਲਾਈਵ ਸ਼ੋਜ਼ ਚ ਵੀ ਪੁੱਛਦੇ ਰਹਿੰਦੇ ਨੇ YouTube 'ਸਤੇ ਸੋ ਇਟ ਇਜ਼ ਇੰਪੋਰਟੈਂਟ ਮੈਂ ਤੁਹਾਨੂੰ ਹੁਣੇ ਵਾਰਨਰ ਐਡਵਾਂਸ ਐਡਵਾਈਸ ਕਰਕੇ ਚੱਲ ਰਿਹਾ ਕਿ ਜਿਹੜਾ ਵੀ ਤੁਸੀਂ ਪ੍ਰੋਗਰਾਮ ਲੈਣਾ ਹੈ ਸੈਪਟੈਂਬਰ 'ਰੀ' ਉਹ ਇਦਾਂ ਦਾ ਲੈਣਾ ਕਿ ਜਨਵਰੀ ਅਵੇਲੇਬਲ ਹੋਵੇ ਜੇ ਖੁਦਾ ਨਾ ਖਾਸਤਾ ਕਿਸੇ ਕਾਰਨ ਵੀ ਆਪਣੀ ਫਾਈਲ ਲੇਟ ਹੁੰਦੀ ਹੈ ਜਾਂ ਰਿਜ਼ਲਟ ਆਪਣੇ ਫੇਵਰ ਚ ਨਹੀਂ ਆਉਂਦਾ ਆਪਾਂ ਨੂੰ ਰੀਅਟੈਂਪਟ ਵੀ ਕਰਨ ਦੀ ਲੋੜ ਪੈਂਦੀ ਹੈ ਸੋ ਆ ਨਾ ਹੋਵੇ ਕਿ ਜੇ ਸੈਪਟੈਂਬਰ ਇਨਟੇਕ ਨੰਗਦਾ ਹੋਵੇ ਤੇ ਆਪਾਂ ਉਸ ਤੋਂ ਬਾਅਦ ਅਗਲੇ ਸਾਲ ਤੱਕ ਵੇਟਿੰਗ ਲਿਸਟ ਦੇ ਵਿੱਚ ਪੈ ਜਾਈਏ ਸੋ ਸੈਪ ਉਨ੍ਹਾਂ ਤੇ ਕਾਫੀ ਬਹੁਤ ਸਟਰੋਂਗ ਉਮੀਦ ਹੈ ਕਿ ਉਹ ਰਿਜ਼ਲਟ ਔਨ ਟਾਈਮ ਰਹਿਣਗੇ ਬਟ ਉਹਦੇ ਵਿੱਚ ਵੀ ਕੋਸ਼ਿਸ਼ ਕਰੋ ਕਿ ਤੁਸੀਂ ਸਪਟੰਬਰ ਤੋਂ ਐਟਲੀਸਟ 90 ਡੇਜ਼ ਪਹਿਲਾਂ ਤੱਕ ਆਪਣੀਆਂ ਫਾਈਲਾਂ ਨੂੰ ਕੰਪਲੀਟ ਕਰਨ ਦੀ ਕੋਸ਼ਿਸ਼ ਕਰੋ 90 ਡੇਜ਼ ਪਹਿਲਾਂ ਤੱਕ ਜਿਹੜੀ ਫਾਈਲ ਲੱਗੂਗੀ ਉਹ ਆਲਮੋਸਟ ਉਹ ਆਪਣਾ ਰਿਜ਼ਲਟ ਪੂਰਾ ਸਕਸੈਸਫੁਲੀ ਰਿਸੀਵ ਕਰੂਗੀ ਇੱਕ ਟ੍ਰੈਂਡ ਕੈਨੇਡਾ ਨੇ ਪਿਛਲੇ ਦਿਨਾਂ 'ਚ ਬਹੁਤ ਵਧੀਆ ਬਦਲਿਆ ਕਿ ਉਹ ਨਵੰਬਰ-ਦਸੰਬਰ ਦੇ ਰਿਜ਼ਲਟ ਵੀ ਇੱਕ ਸਾਈਡ ਤੇ ਦੇ ਰਹੇ ਨੇ ਔਰ ਪਲੱਸ ਇੱਕ ਸਾਈਡ ਤੇ ਉਹ ਜਨੂਅਰੀ ਔਰ ਉਸ ਤੋਂ ਬਾਅਦ ਦੀਆਂ ਲੱਗੀਆਂ ਫਾਈਲਾਂ ਤੇ ਰਿਜ਼ਲਟ ਕੱਢ ਰਹੇ ਨੇ ਮਤਲਬ ਉਹ ਉਹਨਾਂ ਨੇ ਦੋ ਇੱਕ ਬੈਕਲੌਗ ਦਾ ਇੱਕ ਹਿੱਸਾ ਹੋਰ ਬਣਾ ਲਿਆ ਇੱਕ ਹਿੱਸਾ ਇਦਾਂ ਹੀ ਪਹਿਲਾਂ ਹੁੰਦਾ ਸੀ ਜਿਹਦੇ 'ਚ ਅਕਤੂਬਰ ਤੋਂ ਪਹਿਲਾਂ ਦੀਆਂ ਜੂਨ ਤੋਂ ਪਹਿਲਾਂ ਦੇ ਰਿਜ਼ਲਟ ਆਉਂਦੇ ਹੁੰਦੇ ਸੀ ਔਰ ਇਧਰ ਉਹ ਅਕਤੂਬਰ ਵਾਲੇ ਰਿਜ਼ਲਟ ਨਾਲ ਨਾਲ ਆਉਂਦੇ ਹੁੰਦੇ ਸੀ ਸਤੰਬਰ ਇਨਟੇਕ ਦੇ ਸੋ ਸੇਮ ਹੈ ਹੁਣ ਉਹ ਬੈਕਲੋਗ ਖਤਮ ਹੋ ਗਿਆ ਐਸ ਲਈ ਉਹਨਾਂ ਨੇ ਫਿਰ ਨਵਾਂ ਬਣਾ ਲਿਆ ਕਿ ਜਨਵਰੀ ਦੀਆਂ ਨਾਲ-ਨਾਲ ਪ੍ਰੋਸੈਸ ਹੋ ਰਹੀਆਂ ਨੇ ਉਸ ਤੋਂ ਬਾਅਦ ਲੱਗੀਆਂ ਔਰ ਪਲੱਸ ਅਕਤੂਬਰ ਨਵੰਬਰ ਡਿਸੰਬਰ ਵਾਲੇ ਵੀ ਰਿਜ਼ਲਟ ਆ ਰਹੇ ਨੇ ਸੋ ਅੰਨ ਵਾਲੇ ਦਿਨਾਂ 'ਚ ਡੈਫੀਨਟਲੀ ਜੋ ਉਹਨਾਂ ਦਾ ਟਾਰਗੇਟ ਹੈ ਕਿ ਜਿਹੜੀ ਰਿਜ਼ਲਟ ਦੀ ਸਪੀਡ ਆ ਉਹਨੂੰ ਵੱਧ ਤੋਂ ਵੱਧ ਕੀਤਾ ਜਾਵੇ ਖਾਸ ਕਰ ਸਟੂਡੈਂਟ ਉਹਨਾਂ ਦੀ ਸ਼ੁਰੂ ਤੋਂ ਕੋਵਿਡ ਦੇ ਸਮੇਂ ਤੋਂ ਪ੍ਰਾਇੋਰਟੀ ਚ ਰਿਹਾ ਸੋ ਸਾਡੀ ਵੀ ਉਸ ਟਾਈਮ ਤੇ ਰਿਸਪੌ ਲਾਂਚ ਕਰਨ ਦੀ ਕੋਸ਼ਿਸ਼ ਕਰੀਏ ਬਿਲਕੁਲ ਠੀਕ ਹੈ ਜੀ ਇਹ ਪੂਰੀ ਇਨਫੋਰਮੇਸ਼ਨ ਤੁਹਾਡੇ ਲਈ ਨਿਸ਼ਚਿਤ ਤੌਰ ਤੇ ਬਹੁਤ ਹੈਲਪਫੁਲ ਰਹੀ ਹੋਏਗੀ ਜ਼ਿਆਦਾ ਜਾਣਕਾਰੀ ਲਈ 902389238 ਤੇ ਸੰਪਰਕ ਕਰੋ ਅਮਰਜੀਤ ਸਿੰਘ ਕਵਰ ਹੋਣਾ ਨੂੰ ਨਿੱਜੀ ਤੌਰ ਤੇ ਵੀ ਮਿਲ ਸਕਦੇ ਹੋ ਔਰ ਬ੍ਰਾਡਵੇ ਦੀਆਂ ਵੱਖ-ਵੱਖ ਬ੍ਰਾਂਚਸ ਵੀ ਤੁਸੀਂ ਵਿਜ਼ਿਟ ਕਰ ਸਕਦੇ ਹੋ ਤਾਂ ਕਿ ਤੁਸੀਂ ਜ਼ਿਆਦਾ ਇਨਫੋਰਮੇਸ਼ਨ ਲੈ ਸਕੋ ਥੈਂਕ ਯੂ ਸੋ ਮਚ ਕਮਲ ਸਾਹਿਬ ਬ੍ਰਾਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ